ਸੰਗਤ ਜੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਸੜਕ ਬੜੀ ਟੁੱਟੀ ਆ ਗੁਰਦੁਆਰ ਸਾਹਿਬ ਦੇ ਅੱਗੋਂ ਥਰਰ ਪੈ ਗਿਆ ਮੋਟਾ ਆਹ ਦੇਖੋ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਛੇ ਦਸਵੀਂ ਪਿੰਡ ਆਲਮਗੀਰ ਇਹ ਪੁਰਾਣੀ ਦਰਸ਼ਨੀ ਡੇੜੀ ਆ ਇੱਧਰ ਹੁਣ ਨਵੀਂ ਬਣ ਰਹੀ ਆ ਜਿਹੜੇ ਆਪਾਂ ਗੁਰੂ ਗੋਬਿੰਦ ਸਿੰਘ ਮਾਰਗ ਦੇ ਸਤੰਭ ਦੇਖਦੇ ਹੁਣ ਸੰਗਤ ਜੀ ਆਹ ਦੇਖੋ ਸੱਜੇ ਹੱਥੇਕ ਪੰਧੀ ਲਿਖੀ ਹੋਈ ਏ ਜੀ ਸਾਦ ਸਮੂਹ ਪ੍ਰਸੰਨ ਫਿਰੈ ਜਗ 70 ਸਵੇ ਆਪ ਲੋਕ ਚ ਪੈਗੇ ਉੱਪਰ ਇੱਕ ਤੀਰ ਕਮਾਨ ਬਣਿਆ ਆ ਇੱਧਰ ਘੋੜਾ ਆ ਸੰਗਤ ਜੀ ਦਰਸ਼ਨ ਹੋ ਰਹੇ ਹਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਇਹ ਸਥਾਨ ਲੁਧਿਆਣੇ ਤੋਂ ਜਿਹੜੀ ਮਲੇਰਕੋਟਲੇ ਵੱਲ ਨੂੰ ਸੜਕ ਜਾਂਦੀ ਹੈ ਉਹ ਤੇ ਆਲਮਗੀਰ ਪਿੰਡ ਆਉਂਦਾ ਹੈ ਸੰਗਤ ਜੀ ਜਦੋਂ ਗੁਰੂ ਸਾਹਿਬ ਇੱਥੇ ਆਏ ਸਨ ਜਲ ਦੀ ਲੋੜ ਸੀਗੀ ਤਾਂ ਉਸ ਵੇਲੇ ਇੱਥੇ ਪਹੁੰਚੇ ਤੇ ਖੂਹ ਹੈ ਇੱਕ ਪਰ ਉਥੇ ਸਰਾਲ ਰਹਿੰਦੀ ਸੀ ਬਹੁਤ ਵੱਡਾ ਸੱਪ ਇਸ ਦਾ ਸਥਾਨ ਉਹਨਾਂ ਲਿਖਿਆ ਜੀ ਗੁਰਦੁਆਰਾ ਸ੍ਰੀ ਕਲਿਆਣ ਸਰ ਸਾਹਿਬ ਇਧਰ ਖੱਬੇ ਆਥਾਪ ਜੀ ਨੂੰ ਦਰਸ਼ਨ ਹੋ ਰਹੇ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਉਹ ਨਿਸ਼ਾਨ ਸਾਹਿਬ ਦਿਖਦੇ ਆ ਜੀ ਚਿੱਟੀ ਬਿਲਡਿੰਗ ਦੇ ਲਾਗੇ ਉਰਲੇ ਪਾਸੇ ਜਿੱਥੇ ਹੁਣ ਇੱਕ ਸਥਾਨ ਬਣ ਰਿਹਾ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਕਲਿਆਣ ਸਰ ਸਾਹਿਬ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਟਿੱਬੇ ਤੋਂ ਬਾਅਦ ਇਸ ਸਥਾਨ ਤੇ ਆਉਂਦੇ ਹਨ ਜਲ ਦੀ ਉਹਨਾਂ ਨੂੰ ਲੋੜ ਹੈ ਜਲ ਲੱਭ ਰਹੇ ਹਨ ਹੁਣ ਖੂਹ ਤਾਂ ਹੈ ਜਲ ਵੀ ਹੈ ਪਰ ਉਥੋਂ ਲੋਕ ਪਾਣੀ ਨਹੀਂ ਸੀ ਪੀਣ ਜਾਂਦੇ ਕਾਰਨ ਸੀ ਕਿ ਉਥੇ ਇੱਕ ਸਰਾਲ ਵੱਡੀ ਸਰਾਲ ਰਹਿੰਦੀ ਸੀ ਸੋ ਸਰਾਲ ਹੁੰਦਾ ਸੰਗਤ ਜੀ ਇੱਕ ਬਹੁਤ ਵੱਡਾ ਸੱਪ ਸੋ ਕੁਦਰਤੀ ਹੈ ਆਪਾਂ ਜਾਣਦੇ ਹਾਂ ਸੱਪ ਹੋਏਗਾ ਤੇ ਪਾਣੀ ਲੈਣ ਨਹੀਂ ਜਾਏਗਾ ਕੋਈ ਹੁਣ ਕਲਗੀਧਰ ਪਿਤਾ ਜੀ ਉਸ ਵੇਲੇ ਆਪਣੇ ਕਮਾਨ ਦੇ ਉੱਤੇ ਚੜਾ ਕੇ ਇੱਕ ਤੀਰ ਚਲਾਉਂਦੇ ਹਨ ਉਹ ਸਰਾਲ ਨੂੰ ਵਿੰਨ ਘੱਟਦੇ ਹਨ ਸਰਾਲ ਮਾਰੀ ਤਾਂ ਜਾਂਦੀ ਹੈ ਪਰ ਸਰਾਲ ਜਿਹੜੀ ਉਸੇ ਖੂਦ ਵਿੱਚ ਡਿਗ ਪੈਂਦੀ ਹੈ ਹੁਣ ਡਿਗਣ ਨਾਲ ਕੀ ਹੋਇਆ ਤੁਸੀਂ ਆਪ ਸੋਚੋ ਜਦੋਂ ਖੂਹ ਦੇ ਪਾਣੀ ਵਿੱਚ ਸੱਪ ਮਰਿਆ ਡਿੱਗ ਜਾਏਗਾ ਨਾ ਪਾਣੀ ਤੁਸੀਂ ਪੀਓਗੇ ਨਾ ਅਸੀਂ ਪੀਵਾਂਗੇ ਉਹੀ ਗੱਲ ਹੋਈ ਪਾਣੀ ਪੀਣ ਯੋਗ ਨਾ ਰਿਹਾ ਹੁਣ ਅਗਲੀ ਆਪਸ਼ਨ ਕੀ ਹੈ ਫੇਰ ਕਲਕੀਤਰ ਜੀ ਨੂੰ ਬੇਨਤੀ ਕੀਤੀ ਗੁਰੂ ਸਾਹਿਬ ਜੀ ਜਲਦੀ ਲੋੜ ਹੈ ਉਸ ਵੇਲੇ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਨੇ ਤੀਰ ਚਲਾਇਆ ਆ ਪਿੱਛੇ ਤੁਸੀਂ ਸਰੋਵਰ ਦੇ ਵਿੱਚ ਇਸਥਾਨ ਦੇ ਦਰਸ਼ਨ ਕਰ ਰਹੇ ਹੋ ਇਸ ਅਸਥਾਨ ਨੂੰ ਤੀਰ ਸਰ ਸਾਹਿਬ ਕਿਹਾ ਜਾਂਦਾ ਹੈ ਕਲਗੀਧਰ ਪਿਤਾ ਜੀ ਨੇ ਆਪਣਾ ਤੀਰ ਮਾਰ ਕੇ ਇੱਥੋਂ ਜਲ ਕੱਢਿਆ ਸੀ ਅੱਜ ਇਹ ਸਰੋਵਰ ਦੇ ਵਿੱਚ ਹੀ ਥਾਂ ਆ ਗਿਆ ਹੈ ਹੁਣ ਜਲ ਵੀ ਨਹੀਂ ਨਿਕਲਦਾ ਉਹਦੇ ਕਾਰਨ ਕਈ ਹੋ ਸਕਦੇ ਹਨ ਸੰਗਤ ਜੀ ਜਲ ਦਾ ਲੈਵਲ ਥੱਲੇ ਚਲਾ ਗਿਆ ਹੈ ਉਹਦਾ ਕਾਰਨ ਸਾਡੇ ਸਿੱਖਾਂ ਦੀਆਂ ਕਰਤੂਤਾਂ ਹੋ ਸਕਦੀਆਂ ਹਨ ਜਦੋਂ ਕੋਈ ਪੁੱਤਰ ਸਪੁੱਤਰ ਹੋਵੇ ਸੰਗਤ ਜੀ ਉਦੋਂ ਸਾਰੀਆਂ ਪਿਤਾਦੀਆਂ ਬਖਸ਼ਿਸ਼ਾਂ ਹੰਡਾਉਂਦਾ ਹੈ ਪਰ ਜਿਸ ਦਿਨ ਹੀ ਉਹ ਪੁੱਤਰ ਕਪੁੱਤਰ ਬਣ ਜਾਂਦਾ ਹੈ ਪਿਤਾ ਉਸ ਨੂੰ ਆਪਣੀ ਜਿਹੜੀ ਪ੍ਰਾਪਰਟੀ ਹੁੰਦੀ ਹੈ ਬਖਸ਼ਿਸ਼ਾਂ ਹੁੰਦੀਆਂ ਹਨ ਉਹਦੇ ਵਿੱਚੋਂ ਵੇਦਖਲ ਕਰ ਦਿੰਦਾ ਹੈ ਕਲਗੀਧਰ ਪਿਤਾ ਜੀ ਨੇ ਇੱਥੋਂ ਜਲ ਕੱਢਿਆ ਆਪ ਛਕਿਆ ਸਿੰਘਾਂ ਨੇ ਛਕਿਆ ਹੁਣ ਇੱਥੇ ਇੱਕ ਮਾਈ ਸੀ ਜਿਹੜੀ ਇਹ ਸਾਰਾ ਕੌਤਕ ਦੇਖ ਰਹੀ ਹੈ ਮਾਈ ਉਹਨੇ ਵੇਖਿਆ ਕਿ ਇਹ ਤਾਂ ਕੋਈ ਮਹਾਪੁਰਖ ਮਹਾਬਲੀ ਹਨ ਉਸ ਨੇ ਬੇਨਤੀ ਕੀਤੀ ਗੁਰੂ ਜੀ ਮੈਨੂੰ ਕੋੜ ਦਾ ਰੋਗ ਹੈ ਬੜਾ ਲੰਮਾ ਸਮਾਂ ਹੋ ਗਿਆ ਇਲਾਜ ਨਹੀਂ ਹੋ ਰਿਹਾ ਆਪ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਮੇਰਾ ਇਹ ਦੁੱਖ ਦੂਰ ਕਰੋ ਉਸ ਵੇਲੇ ਕਲਗੀਧਰ ਪਿਤਾ ਜੀ ਨੇ ਉਸੇ ਮਾਤਾ ਨੂੰ ਕਿਹਾ ਇਸੇ ਜਲ ਦੇ ਵਿੱਚ ਤੋ ਇਸ਼ਨਾਨ ਕਰ ਠੀਕ ਹੋਏਗੀ ਜੇ ਇੱਕ ਠੀਕ ਹੋਈ ਇਹਦਾ ਮਤਲਬ ਹੋਰ ਵੀ ਹੋ ਸਕਦਾ ਕੋੜ ਸਰੀਰ ਦਾ ਵੀ ਠੀਕ ਹੁੰਦਾ ਹੈ ਗੁਰੂ ਘਰ ਕੋੜ ਮਨ ਦਾ ਵੀ ਆਣ ਕੇ ਠੀਕ ਹੁੰਦਾ ਹੈ ਜਦੋਂ ਬੰਦਾ ਮਨ ਤੋਂ ਕੋੜੀ ਹੋ ਜਾਂਦਾ ਫਿਰ ਕਹਿੰਦਾ ਗੁਰੂ ਸਾਹਿਬ ਚ ਕੋਈ ਅਜਮਤਾ ਨਹੀਂ ਹਨ ਗੁਰੂ ਸਾਹਿਬ ਦੀਆਂ ਕੋਈ ਤਾਕਤਾਂ ਨਹੀਂ ਹਨ ਫਿਰ ਉਹ ਗੁਰੂ ਸਾਹਿਬ ਦੇ ਬਚਨਾਂ ਤੋਂ ਮੁਨਕਰ ਹੋਣ ਲੱਗ ਪੈਂਦਾ ਹੈ ਬਾਣੀ ਤੋਂ ਮੁਨਕਰ ਹੋਣ ਲੱਗ ਪੈਂਦਾ ਹੈ ਬਾਣੇ ਤੋਂ ਮੁਨਕਰ ਹੋਣ ਲੱਗ ਪੈਂਦਾ ਹੈ ਇਹਨਾਂ ਸਥਾਨਾਂ ਤੇ ਆਉਣ ਦਾ ਮਕਸਦ ਕੇਵਲ ਹੋਵੇ ਕਿ ਗੁਰੂ ਸਾਹਿਬ ਦੇ ਨਾਲ ਜੁੜਨਾ ਹੈ ਫਿਰ ਸਾਡੇ ਮਨ ਦੇ ਤੇ ਤਨ ਦੇ ਕੋੜ ਦੂਰ ਹੋਣਗੇ ਗੁਰੂ ਸਾਹਿਬ ਕਿਰਪਾ ਕਰਨ ਕਾਰਿਸ਼ਨਾਣ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਇਸ ਥਾਨ ਪ੍ਰਗਟ ਹੋਇਆ ਜਲ ਛਕ ਲਿਆ ਹੈ ਕਲਗੀਧਰ ਜੀ ਨੇ ਆਪ ਜੀ ਨੂੰ ਪਤਾ ਹੈ ਕਲਗੀਧਰ ਜੀ ਪਿੱਛੋਂ ਉੱਚ ਦੇ ਪੀਰ ਦੇ ਰੂਪ ਵਿੱਚ ਆ ਰਹੇ ਹਨ ਮੰਝੇ ਤੇ ਬਰਾਜਮਾਨ ਹਨ ਇੱਥੇ ਫਿਰ ਜਦੋਂ ਪਹੁੰਚੇ ਹਨ ਇਹ ਆਲਮਗੀਰ ਪਿੰਡ ਹੈ ਇਹ ਉਦੋਂ ਅਜੇ ਥੋੜਾ ਜਿਹਾ ਵੱਜਿਆ ਸੀ ਥੋੜੇ ਵਿਰਲੇ-ਵਿਰਲੇ ਘਰ ਸੀਗੇ ਆਲਮਗੀਰ ਅਰੰਗਜੀਤ ਨੂੰ ਵੀ ਕਿਹਾ ਜਾਂਦਾ ਸੀ ਔਰ ਇਹ ਸੱਚ ਹੈ ਕਿ ਇਸ ਪਿੰਡ ਦਾ ਨਾਮ ਅਰੰਗਜੀਤ ਤੋਂ ਪਿਆ ਹੈ ਅਰੰਗਜੀਤ ਤੋਂ ਕਿਉਂ ਪਿਆ ਸੀਗਾ ਇਹਦੇ ਲਾਗੇ ਇੱਕ ਬੀਜਾ ਪਿੰਡ ਸੀਗਾ ਜਿਸ ਦਾ ਇੱਕ ਨਵਾਬ ਸੀਗਾ ਲਸ਼ਕਰੀ ਖਾਂ ਜਿਹੜਾ ਤਾਂਂਦਰੇ ਪਿੰਡ ਦੇ ਚੌਧਰੀ ਦੀ ਲੜਕੀ ਨੂੰ ਚੁੱਕ ਕੇ ਲੈ ਗਿਆ ਸੀਗਾ ਜਦੋਂ ਔਰੰਗਜ਼ੇਬ ਤੱਕ ਕੰਪਲੇਂਟ ਪਹੁੰਚੀ ਔਰੰਗਜ਼ੇਬ ਨੇ ਉਹਨੂੰ ਸੱਦਿਆ ਉਹਨੇ ਆਪਣਾ ਗੁਨਾਹ ਕਬੂਲ ਕੀਤਾ ਰੰਗਜੀਵ ਨੇ ਉਹਦਾ ਉੱਥੇ ਹੀ ਗਲ ਲਾ ਦਿੱਤਾ ਸੀ ਉਸ ਨੂੰ ਉਸੇ ਵੇਲੇ ਸਜ਼ਾ ਦਿੱਤੀ ਮੌਤ ਦੀ ਘਾਟ ਉਤਾਰ ਦਿੱਤਾ ਲੋਕਾਂ ਨੇ ਉਸ ਵੇਲੇ ਰੰਗਜੀਵ ਦੇ ਇਸ ਨਿਆਂ ਦੀ ਜੈਜਾ ਕਰ ਕੀਤੀ ਉੱਥੋਂ ਹੀ ਇਸ ਪਿੰਡ ਦਾ ਨਾਮ ਆਲਮਗੀਰ ਪੈ ਗਿਆ ਆਲਮ ਜਿੱਤਣ ਵਾਲਾ ਸੋ ਕਲਗੀਧਰ ਜੀ ਇਸ ਸਥਾਨ ਤੇ ਆਉਂਦੇ ਹਨ ਹੁਣ ਇਸੇ ਪਿੰਡ ਦਾ ਰਹਿਣ ਵਾਲਾ ਹੈ ਇੱਕ ਭਾਈ ਨਗਾਈਆ ਜੀ ਇਹ ਭਾਈ ਨਗਾਈਆ ਕੌਣ ਹੈ ਇਹਨਾਂ ਦਾ ਪੁੱਤਰ ਆਲਰੇਡੀ ਚਮਕੌਰ ਦੀ ਜੰਗ ਵਿੱਚ ਜਿਸ ਦਾ ਨਾਮ ਸਰਦੂਲ ਸਿੰਘ ਹੈ ਉਹ ਸ਼ਹੀਦ ਹੋ ਚੁੱਕਾ ਹੈ ਚਮਕੌਰ ਦੀ ਜੰਗ ਵਿੱਚ ਕੁਝ ਦਿਨ ਪਹਿਲਾਂ ਪੁੱਤਰ ਸ਼ਹੀਦ ਹੋਇਆ ਹੈ ਫੇਰ ਵੀ ਕਲਗੀਧਰ ਜੀ ਦੇ ਚਰਨਾਚਾਨ ਕੇ ਨਮਸਕਾਰ ਕਰਕੇ ਤੇ ਘੋੜਾ ਪੇਂਟ ਕਰਦਾ ਹੈ ਕਲਗੀਧਰ ਜੀ ਆਹ ਪੇਂਟ ਸਵਕਾਰ ਕਰੋ ਸੰਗਤ ਜੀ ਸੋਚੋ ਕਿਸੇ ਦਾ ਪੁੱਤਰ ਮਰ ਜਾਵੇ ਨਾ ਉਹ ਤਾਂ ਗੁਰੂ ਨੂੰ ਤੇ ਪਰਮੇਸ਼ਰ ਨੂੰ ਲਾਂਮੇ ਦੇਣ ਲੱਗ ਪੈਂਦਾ ਹੈ ਕੁਛ ਦਿਨ ਪਹਿਲਾਂ ਪੁੱਤਰ ਸ਼ਹੀਦ ਹੋਇਆ ਹੈ ਤਾਂ ਵੇਖੋ ਉਸ ਵੇਲੇ ਘੋੜੇ ਗੁਰੂ ਸਾਹਿਬ ਜੀ ਨੂੰ ਪੇਂਟ ਕੀਤੇ ਜਾ ਰਹੇ ਹਨ ਹੁਣ ਕਲਗੀਧਰ ਜੀ ਨੂੰ ਘੋੜਾ ਪੇਟ ਕਰ ਦਿੱਤਾ ਭਾਈ ਨਗਾਈਆ ਜੀ ਨੇ ਭਾਈ ਨਗਾਈਆ ਵੀ ਧੰਨ ਹੋ ਗਿਆ ਕਲਗੀਧਰ ਪਿਤਾ ਤਾਂ ਆਪ ਇਸ ਕੁੱਲ ਆਲਮ ਦੇ ਕੋਟਾਂ ਬਰ ਮੰਡਾਂ ਦੇ ਮਾਲਕ ਹਨ ਹੁਣ ਇਥੋਂ ਘੋੜਾ ਤਾਂ ਦੇ ਦਿੱਤਾ ਭਾਈ ਨਗਾਈਏ ਨੇ ਕਲਗੀ ਧਰਜੀ ਜਦੋਂ ਇਥੋਂ ਚਲੇ ਗਏ ਸੀਗੇ ਇਥੇ ਜ਼ਿਕਰ ਕਰ ਦਈਏ ਅਗਲੇ ਹੀ ਦਿਨ ਮੁਗਲ ਫੌਜ ਨੇ ਭਾਈ ਨਗਾਈਆ ਜੀ ਦੇ ਪਰਿਵਾਰ ਨੂੰ ਮਾਰ ਦਿੱਤਾ ਸੀ ਕਤਲ ਕਰ ਦਿੱਤਾ ਸੀ ਸੰਗਤ ਜੀ ਅੱਜ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਈ ਨਗਾਈਆ ਜੀ ਦਾ ਘਰ ਲੱਭਣ ਦੀ ਜਿਹੜਾ ਪਿੰਡ ਦੇ ਵਿੱਚ ਮੰਨਿਆ ਜਾਂਦਾ ਹੈ ਭਾਈ ਨਗਾਈਆ ਜੀ ਉਸ ਵੇਲੇ ਉੱਥੇ ਨਹੀਂ ਸਨ ਬਚ ਗਏ ਸਨ ਉਹ ਵੱਖਰਾ ਇਤਿਹਾਸ ਹੈ ਸੋ ਕਲਗੀਧਰ ਪਿਤਾ ਜੀ ਦੇ ਚਰਨ ਛੋਹ ਪ੍ਰਾਪਤ ਕਰਕੇ ਭਾਈ ਨਗਾਈਆ ਧੰਨ ਹੁੰਦਾ ਹੈ ਇੱਕ ਹੋਰ ਜਿਹੜਾ ਇੱਥੇ ਬਹੁਤ ਵੱਡਾ ਇਤਿਹਾਸ ਹੈ ਉਹ ਮਹਾਨ ਰੂਹਾਂ ਭਾਈ ਨਬੀ ਖਾਨ ਜੀ ਤੇ ਭਾਈ ਗਨੀ ਖਾਨ ਜੀ ਜਿਹੜੇ ਗੁਰੂ ਸਾਹਿਬ ਜੀ ਨੂੰ ਉੱਚ ਦਾ ਪੀਰ ਬਣਾ ਕੇ ਨਾਲ ਲੈ ਕੇ ਇੱਥੋਂ ਤੱਕ ਆਏ ਹਨ ਆਪ ਜੀ ਦੇ ਨਾਲ ਸਾਂਝ ਪੈ ਚੁੱਕੀ ਹੈ ਪਿੱਛੇ ਵੀਡੀਓ ਦੇ ਵਿੱਚ ਉਹਨਾਂ ਨੂੰ ਇੱਥੋਂ ਹੀ ਗੁਰੂ ਸਾਹਿਬ ਜੀ ਨੇ ਵਾਪਸ ਰੁਕਸਤ ਕੀਤਾ ਸੀਗਾ ਆਪਣੇ ਹੱਥੀਂ ਕਮਨਾਮਾ ਲਿਖ ਕੇ ਦਿੱਤਾ ਸੀ ਤੁਸੀਂ ਮੇਰੇ ਪੁੱਤਰ ਹੋ ਸੋ ਉਹ ਪੁੱਤਰ ਗੁਰੂ ਸਾਹਿਬ ਜੀ ਦੇ ਇਥੋਂ ਫਿਰ ਵਾਪਸ ਚਲੇ ਗਏ ਸਨ ਹੁਣ ਗੁਰੂ ਸਾਹਿਬ ਜੀ ਦੇ ਨਾਲ ਇਥੇ ਸਿਰਫ ਉਹ ਤਿੰਨ ਸਿੰਘ ਹਨ ਪਿਆਰੇ ਭਾਈ ਦਇਆ ਸਿੰਘ ਜੀ ਪਿਆਰੇ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਤੇ ਗੁਰੂ ਸਾਹਿਬ ਜੀ ਨੇ ਇਥੋਂ ਅੱਗੇ ਚਾਲੇ ਪਾਉਣੇ ਹਨ ਕਲਗੀਧਰ ਪਿਤਾ ਜੀ ਦੇ ਜਾਣ ਤੋਂ ਬਾਅਦ ਚ ਇਥੇ ਇੱਕ ਸਿੰਘ ਭਾਈ ਨਾਨੂ ਜੀ ਸਨ ਜਿਨ੍ਹਾਂ ਨੇ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ ਇਥੋਂ ਤੱਕ ਵੀ ਦੱਸਿਆ ਜਾਂਦਾ ਹੈ ਕਿ ਉਹ ਵੀ ਦੱਖਣ ਤੋਂ ਆਏ ਸਨ ਤੇ ਮਹਾਰਾਜ ਦੇ ਥਾਨ ਦੀ ਸੇਵਾ ਸੰਭਾਲ ਕਰਨ ਵਾਸਤੇ ਇਸ ਤੋਂ ਬਾਅਦ ਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਜੀਂਦ ਦੀ ਰਿਆਸਤ ਹੋਰ ਸਰਦਾਰਾਂ ਨੇ ਇੱਥੇ ਇੱਕ ਬੁਰਜ ਵੀ ਉਸਾਰ ਦਿੱਤਾ ਸੀ ਔਰ ਇੱਥੇ ਇੱਕ ਗੁਰਦੁਆਰਾ ਸਾਹਿਬ ਵੀ ਬਣਾ ਦਿੱਤਾ ਗਿਆ ਸੀ ਜਿਸ ਥਾਂ ਤੇ ਉਹ ਛਪੜੀ ਬਣੀ ਸੀ ਤੀਰਵਰਲੇ ਥਾਂ ਤੇ ਉੱਥੇ ਅੱਜ ਸਰੋਵਰ ਹੈ ਸੰਗਤ ਜੀ ਅੱਜ ਕੱਲ ਇੱਥੇ ਸ਼ਰੋਮਣੀ ਕਮੇਟੀ ਦਾ ਪ੍ਰਬੰਧ ਹੈ ਭਾਈ ਧੰਨਾ ਸਿੰਘ ਜੀ 31 ਅਗਸਤ 1931 ਨੂੰ ਇੱਥੇ ਆਏ ਸਨ ਉਹਨਾਂ ਨੇ ਦੱਸਿਆ ਇੱਕ ਪਿੱਪਲ ਹੈ ਹੁਣ ਇਹ ਪੀਪਲ ਇੱਕ ਸੰਗਤ ਜੀ ਤੁਸੀਂ ਵੀਡੀਓ ਚ ਪਿੱਛੇ ਦਰਸ਼ਨ ਕਰ ਸਕਦੇ ਹੋ ਇੱਕ ਪੀਪਲ ਇਧਰ ਹੈ ਉਹ ਤਿੰਨ ਪੀਪਲਾਂ ਦਾ ਜ਼ਿਕਰ ਕਰਦੇ ਹਨ ਇੱਥੇ ਔਰ ਉਹ ਕਹਿੰਦੇ ਹਨ ਕਿ ਇੱਥੇ ਇੱਕ ਮੰਜੀ ਸਾਹਿਬ ਬਣਿਆ ਹੈ ਉੱਤੇ ਪੱਕਾ ਚੌਂਤਰਾ ਬਣਿਆ ਹੈ ਪੀਪਲ ਦੇ ਪਾਸ ਹੀ ਕੱਚਾ ਸਰੋਵਰ ਹੈ ਫਿਰ ਉਹਨਾਂ ਨੇ ਇੱਕ ਗੱਲ ਲਿਖੀ ਆ ਕਿ ਪਹਾੜ ਦੀ ਤਰਫ ਇੱਕ ਉੱਚੇ ਥੇ ਉੱਤੇ ਜਿੱਥੇ ਪਹਿਲਾਂ ਇੱਕ ਗੜੀ ਸੀਗੀ ਜੋ ਥੇ ਹੋ ਚੁੱਕੀ ਹੈ ਉੱਥੇ ਹੀ ਗੁਰਦੁਆਰਾ ਸਾਹਿਬ ਇਸ ਵੇਲੇ ਬਣਿਆ ਹੋਇਆ ਹੈ ਇਸ ਜਗ੍ਹਾ ਪਿੱਪਲ ਹੈ ਜੋ ਤਿੰਨ ਪਿੱਪਲਾਂ ਵਿੱਚੋਂ ਚੜ੍ਹਦੇ ਦੀ ਤਰਫ਼ ਪਿੱਪਲ ਹੈ ਉਸੇ ਥੇ ਅਸਲੀ ਮੰਜੀ ਸਾਹਿਬ ਹੈ ਸੋ ਹੁਣ ਗੁਰਦੁਆਰਾ ਸਾਹਿਬ ਆਵੇਂ ਪਿੱਛੇ ਤੁਸੀਂ ਦਰਸ਼ਨ ਕਰ ਰਹੇ ਹੋ ਉੱਥੇ ਬਣਿਆ ਹੈ ਪਰ ਸਾਨੂੰ ਐਵੇਂ ਲੱਗਦਾ ਹੈ ਕਿ ਜਿਹੜੇ ਪਿੱਪਲ ਇੱਧਰ ਹਨ ਸਰੋਵਰ ਦੇ ਲਾਗੇ ਇਹ ਅਸਲੀ ਥਾਂ ਸੀ ਜਿੱਥੇ ਕਲਗੀਧਰ ਪਿਤਾ ਜੀ ਆ ਕੇ ਬੈਠੇ ਸਨ ਭਾਈ ਧੰਨਾ ਸਿੰਘ ਜੀ ਬਹੁਤ ਕਲੀਅਰਲੀ ਲਿਖ ਰਹੇ ਹਨ ਇਸ ਜਗ੍ਹਾ ਪੀਪਲ ਹੈ ਜੋ ਤਿੰਨ ਪੀਪਲਾਂ ਵਿੱਚੋਂ ਚੜ੍ਹਦੇ ਦੀ ਤਰਫ ਪੀਪਲ ਹੈ ਉਸ ਮੰਜੀ ਸਾਹਿਬ ਹੈ ਜੀ ਇਸ ਜਗ੍ਹਾ ਗੁਰੂ ਸਾਹਿਬ ਲੁਧਿਆਣੇ ਤੋਂ ਆਏ ਸਨ ਤੇ ਪਿੰਡ ਜਸੋਵਾਲ ਨੂੰ ਗਏ ਸਨ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਆਲਮਗੀਰ ਸਾਹਿਬ ਵਿੱਚ ਲੱਗੀ ਹੋਈ ਪ੍ਰਸ਼ਾਦੇ ਬਣਾਉਣ ਵਾਲੀ ਮਸ਼ੀਨ ਦੇ ਵੱਡੀ ਮਸ਼ੀਨ ਹੈ ਇਹਦੇ ਵਿੱਚ ਲਾਰਜ ਸਕੇਲ 'ਚ ਆਟਾ ਗੁੰਨ ਕੇ ਇੱਕ ਵਾਰ ਹੀ ਪਾ ਦਿੱਤਾ ਜਾਂਦਾ ਹੈ ਤੁਸੀਂ ਦੇਖੋ ਕਿਵੇਂ ਇਹ ਅੱਗੋਂ ਸੋਹਣੇ ਗੋਲ ਪੇੜੇ ਬਣਾ ਕੇ ਅੱਗੇ ਤੋਰਦੀ ਹੈ ਫਿਰ ਪੇੜੇ ਦੇ ਉੱਤੇ ਜਿਵੇਂ ਅਸੀਂ ਸੁੱਕਾ ਆਟਾ ਲਾਉਂਦੇ ਹਨ ਉਹ ਆਪਣੇ ਆਪ ਲੱਗਦਾ ਹੈ ਔਰ ਉਸ ਤੋਂ ਅੱਗੇ ਫਿਰ ਇਹ ਥੋੜਾ ਵੇਲਿਆ ਜਾਂਦਾ ਹੈ ਪਹਿਲਾਂ ਫਿਰ ਜ਼ਿਆਦਾ ਵੇਲਿਆ ਜਾਂਦਾ ਹੈ ਤੇ ਫਿਰ ਇਹ ਅੱਗੇ ਚੱਲ ਕੇ ਇੱਕ ਹੀਟ ਦੀ ਰੇਲ ਜੀ ਚੱਲਦੀ ਹੈ ਇਦਾਂ ਪਰਤਾਂ ਬਣੀਆਂ ਹੋਈਆਂ ਹਨ ਜਿਸ ਦੇ ਵਿੱਚ ਗੈਸ ਚੱਲਦੀ ਹੈ ਉਸ ਦੇ ਵਿੱਚ ਇਹ ਪ੍ਰਸ਼ਾਦੇ ਚਲਦੇ ਹਨ ਤੇ ਹੌਲੀ 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 ਪੱਕ ਕੇ ਤਾਂ ਬਾਹਰ ਇੱਕ ਬੜਾ ਵਧੀਆ ਗੋਲ ਪ੍ਰਸ਼ਾਦਾ ਤੇ ਜਿਹੜਾ ਫੁੱਲਿਆ ਹੋਇਆ ਹੁੰਦਾ ਹੈ ਅਸੀਂ ਅੱਗੇ ਕਈ ਵਾਰ ਵੇਖਿਆ ਪ੍ਰਸ਼ਾਦਾ ਫੁੱਲੇ ਨਹੀਂ ਸੀ ਹੁੰਦੇ ਅੱਜ ਜਿਹੜਾ ਅਸੀਂ ਇਸ ਮਸ਼ੀਨ ਵਿੱਚ ਵੇਖਿਆ ਹਰ ਇੱਕ ਪ੍ਰਸ਼ਾਦਾ ਬਹੁਤ ਸੋਹਣਾ ਵਧੀਆ ਫੁੱਲਿਆ ਹੋਇਆ ਆ ਰਿਹਾ ਸੀ ਉਹਨਾਂ ਪ੍ਰਸ਼ਾਦਿਆਂ ਨੂੰ ਹੀ ਮੁੜ ਕੇ ਚੋਪੜ ਦਿੱਤਾ ਜਾਂਦਾ ਹੈ ਫਿਰ ਇਹ ਸੰਗਤ ਵਾਸਤੇ ਛਕਣ ਵਾਸਤੇ ਤਿਆਰ ਹਨ ਸੰਗਤ ਜੀ ਗੁਰੂ ਸਾਹਿਬ ਕਿਰਪਾ ਕਰਨ ਜੋ ਸਾਡੀ ਸਮਝ ਚ ਆਇਆ ਆਪ ਜੀ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕੀਤੀ ਹੈ ਆਲਮਗੀਰ ਸਾਹਿਬ ਤੋਂ ਹੁਣ ਅਸੀਂ ਵੀ ਅੱਗੇ ਚਾਲੇ ਪਾਉਣ ਲੱਗੇ ਹਾਂ ਜਿੱਧਰ ਜਿੱਧਰ ਕਲਗੀਧਰ ਪਿਤਾ ਜੀ ਲੈ ਕੇ ਜਾਣਗੇ ਆਪਾਂ ਉਧਰ ਨੂੰ ਚਲਦੇ ਰਵਾਂਗੇ ਆਪ ਜੀ ਵੀ ਨਾਲ ਨਾਲ ਹੀ ਇਸ ਵੀਡੀਓ ਨੂੰ ਫੋਲੋ ਕਰਦੇ ਰਹਿਣਾ ਇਤਿਹਾਸ ਨੂੰ ਫੋਲੋ ਕਰਦੇ ਰਹਿਣਾ ਨਾਲ 10 ਦੇ ਖੜੇ ਹਨ ਭਾਈ ਬਗੇਲ ਸਿੰਘ ਜੀ ਜਿਹੜੇ ਇਸ ਅਸਥਾਨ ਤੇ ਕਥਾਵਾਚਕ ਹਨ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਸਾਹਿਬ ਜੀ ਦੇ ਇਤਿਹਾਸ ਬਾਣੀ ਦੇ ਨਾਲ ਪ੍ਰੇਮ ਪਿਆਰ ਹੈ ਹੋਈਆਂ ਨੇਕਾਂ ਭੁੱਲਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ